ये आया दौड़ के, साफ दिख रहे हैं तेंदुए। हाँ तेंदुए है, ये आया दौड़ के आ रहा है। ये भगवान ये किधर गया, ये किधर है अभी, पहले इधर उधर चेक कर रहा है। 5:12 पे इन्हें 5 बजे बाहर देखा तो ये स्कूल में आ गया भाई। ये पहले थोड़ा थोड़ा चल के चेक कर रहा है इधर उधर। हाँ ये देखो किधर गया, बिल्कुल तेंदुआ है। हाँ ये रहा है, ये बैठा, ये भी फोटो देखो बिल्कुल क्लियर। अब कहां जाए? तो बेहद वड्डी खबर सामने आ रही है कि सरकारी स्कूल दे विच तेंदुआ वड़ गया है। जी हाँ, तस्वीरां देखो सरकारी स्कूल दे अंदर लगे कैमरे दियां, जिस दे विच साफ साफ देखा जा सकता है कि एक तेंदुआ स्कूल दे अंदर वड़िया होया है। ਅਤੇ ਸਕੂਲ ਦੇ ਅੰਦਰ ਵੜਨ ਤੋਂ ਬਾਅਦ ਜਦ ਚਪੜਾਸੀ ਇਸ ਨੂੰ ਦੇਖਦਾ ਹੈ ਤਾਂ ਰੌਲਾ ਪਾਉਣ ਲੱਗ ਜਾਂਦਾ ਹੈ, ਚਾਰੇ ਪਾਸੇ ਰੌਲਾ ਪੈ ਜਾਂਦਾ ਹੈ, ਜਿਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਦੇ ਕਮਰਿਆਂ ਦੇ ਅੰਦਰ ਬਾਹਰੋਂ ਤਾਲਾ ਲਾ ਕੇ ਬੰਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਹ ਤੇਂਦੂਆ ਆਦਮਖੋਰ। ਦੇਖੋ ਕਿਵੇਂ ਇਹ ਗਰਾਊਂਡ ਦੇ ਵਿੱਚ, ਪਲੇਗਰਾਊਂਡ ਦੇ ਵਿੱਚ ਜਿੱਥੇ ਬੱਚੇ ਖੇਡਦੇ ਨੇ ਉੱਥੇ ਘੁੰਮ ਰਿਹਾ ਹੈ। ਸਵੇਰ ਤੜਕ ਸਾਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਤਾਂ ਜਿਵੇਂ ਹੀ ਤੇਂਦੂਆ ਦਿਖਿਆ ਉਵੇਂ ਹੀ ਗਾਰਡ ਨੇ ਰੌਲਾ ਪਾ ਦਿੱਤਾ, ਪ੍ਰਿੰਸੀਪਲ ਨੂੰ ਦੱਸ ਦਿੱਤਾ, ਪ੍ਰਿੰਸੀਪਲ ਦੇ ਵੱਲੋਂ ਵਨ ਵਿਭਾਗ ਨੂੰ ਸੱਦ ਲਿਆ ਗਿਆ ਹੈ। ਹੁਣ ਇਸ ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕੈਮਰੇ ਦੇ ਵਿੱਚ ਦੇਖਿਆ ਗਿਆ ਅਤੇ ਗਾਰਡ ਨੇ ਇਸ ਨੂੰ ਦੇਖਿਆ ਹੈ, ਹਾਲਾਂਕਿ ਉਸ ਤੋਂ ਇਲਾਵਾ ਕਿਸੇ ਨੇ ਵੀ ਇਸ ਨੂੰ ਨਹੀਂ ਦੇਖਿਆ। ਤਾਂ ਵਨ ਵਿਭਾਗ ਦੇ ਵੱਲੋਂ, ਜਿਹੜੇ ਜੰਗਲਾਤ ਵਿਭਾਗ ਹੈ ਉਹਨਾਂ ਦੇ ਵੱਲੋਂ ਛਾਣਬੀਨ ਕੀਤੀ ਜਾ ਰਹੀ ਹੈ, ਪੂਰੇ ਇਲਾਕੇ ਦੇ ਵਿੱਚ ਖੋਜ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਤੇਂਦੂਆ ਗਿਆ ਅਤੇ ਗਿਆ ਕਿਵੇਂ। ਤਾਂ ਦੱਸ ਦਈਏ ਕਿ ਦੇਖੋ ਧਿਆਨ ਨਾਲ, ਇਹ ਤੇਂਦੂਆ ਇੰਜ ਲੱਗ ਰਿਹਾ ਹੈ ਜਾਂ ਚੱਲ ਰਿਹਾ ਹੁੰਦਾ ਹੈ ਕਿ ਜ਼ਖਮੀ ਹੋਵੇ। ਜ਼ਖਮੀ ਹੋਣ ਦੇ ਕਾਰਨ ਦੇਖੋ ਕਿਵੇਂ ਹੌਲੀ ਹੌਲੀ ਚੱਲ ਰਿਹਾ ਤੇਂਦੂਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਰਨਾਲ ਦੀਆਂ, ਜਿੱਥੇ ਪਿੰਡ ਉਚਾਣਾ ਵਿਖੇ ਤੇਂਦੂਆ ਵੇਖਿਆ ਗਿਆ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰੀ ਸਕੂਲ ਦੇ ਲੱਗੇ ਹੋਏ CCTV ਦੇ ਵਿੱਚ ਇਹ ਤੇਂਦੂਆ ਕੈਦ ਹੋਇਆ, ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ, ਕਿਉਂਕਿ ਤੇਂਦੂਆ ਸਿਰਫ ਕੈਮਰੇ ਦੇ ਵਿੱਚ ਦੇਖਿਆ ਗਿਆ ਅਤੇ ਇੱਕ ਗਾਰਡ ਨੇ ਉਸਨੂੰ ਦੇਖਿਆ, ਉਸ ਤੋਂ ਇਲਾਵਾ ਕਿਸੇ ਵੀ ਪਿੰਡ ਵਾਲੇ ਨੇ ਉਸਨੂੰ ਨਹੀਂ ਦੇਖਿਆ। ਜਾਂ ਤਾਂ ਇਹ ਹੋ ਸਕਦਾ ਹੈ ਕਿ ਪਿੰਡ ਤੋਂ ਤੇਂਦੂਆ ਬਾਹਰ ਚਲਾ ਗਿਆ ਹੈ, ਜਾਂ ਫਿਰ ਤੇਂਦੂਆ ਲਾਗੇ ਕਿੱਥੇ ਚੁੱਪ ਗਿਆ, ਕਿਉਂਕਿ CCTV ਤਸਵੀਰਾਂ ਨੂੰ ਗੌਰ ਨਾਲ ਦੇਖੋ, ਇੰਝ ਲੱਗ ਰਿਹਾ ਕਿ ਤੇਂਦੂਆ ਜ਼ਖਮੀ ਹੈ, ਜ਼ਖਮੀ ਹੋਇਆ ਹੈ ਤੇਂਦੂਆ। ਤਾਂ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੀ ਮੌਕੇ 'ਤੇ ਪਹੁੰਚਿਆ, ਉਹਨਾਂ ਦੇ ਵੱਲੋਂ ਇਸ ਤੇਂਦੂਏ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਓ ਸਕੂਲ ਵਾਲਿਆਂ ਦਾ ਕੀ ਕਹਿਣਾ ਹੈ ਜਿਹੜੇ ਸਕੂਲ ਦੇ ਵਿੱਚ ਤੇਂਦੂਆ ਵੜਿਆ, ਜਾਣਦੇ। ਸਰ ਸੁਬਹ ਹੀ ਮੈਨੂੰ ਮੈਸੇਜ ਕਾਲ ਆਈ ਥੀ MC ਕੀ, ਯਹਾਂ ਗਾਓ ਕੇ ਜੋ MC ਹੈ ਮਨੂ ਚੌਹਾਨ, ਉਹਨਾਂ ਨੇ ਬਤਾਇਆ ਕਿ ਐਸੇ ਐਸੇ ਗਾਓ ਮੇ ਦੇਖਾ ਗਿਆ ਤੇਂਦੂਆ, ਬਾਹਰ ਗਾਓ ਵਾਲੋਂ ਨੇ ਦੇਖਾ। ਤੋ ਮੈਨੇ ਹਮ ਉਸੀ ਟਾਈਮ ਅਲਰਟ ਮੋਡ ਪੇ ਆ ਗਏ, ਹਮਨੇ ਉਸੀ ਟਾਈਮ ਕੋਸ਼ਿਸ਼ ਕਰੀ CCTV, ਬਟ ਲਾਈਟ ਨਹੀਂ ਥੀ। ਜੈਸੇ ਹੀ ਲਾਈਟ ਆਈ ਮੈਨੇ CCTV ਚੈੱਕ ਕਰਵਾਇਆ ਤੋ ਉਸਮੇ ਫੁਟੇਜ ਦਿਖਾਈ ਦੀ, ਸੁਬਹੇ 5:15 ਕੇ ਆਸ ਪਾਸ ਵੋ ਇਸ ਕੈਂਪਸ ਮੇ ਥਾ, ਯਹਾਂ ਸੁਬਹੇ ਘੁੰਮ ਰਹਾ ਥਾ, ਇਸ ਯਹਾਂ ਥੋੜਾ ਸਾ ਲੰਗੜਾ ਕੇ ਵੀ ਚੱਲ ਰਹਾ ਥਾ। ਜੀ ਸਰ, ਤੁਰੰਤ ਮੈਨੇ ਸੂਚਨਾ ਦੇ ਦੀ ਵਾਈਲਡ ਲਾਈਫ ਇੰਸਪੈਕਟਰ ਸਰ ਕੋ, ਤੋ ਵੋ ਵੀ ਆ ਗਏ ਸੂਚਨਾ ਪੇ। ਤੋ ਟੀਮ ਦੁਆਰਾ ਸਰਚ ਆਪਰੇਸ਼ਨ, ਹਾਂਜੀ ਵੋ ਸਰਚ ਆਪਰੇਸ਼ਨ ਬੋਲ ਰਹੇ ਹੈ ਕਿ ਵੋ ਚਲਾਏਂਗੇ ਔਰ ਚਲਾਨਾ ਵੀ ਚਾਹੀਏ ਸੁਰੱਖਿਆ ਕੋ ਦੇਖਤੇ ਹੋਏ, ਕਿਉਂਕਿ ਬੱਚੇ ਹੈ, ਬੱਚੇ ਹੈ ਬਿਲਕੁਲ। ਜੀ ਸਰ, ਤੇਂਦੂਆ ਹੀ ਪਾਇਆ ਗਿਆ, ਲੈਪਰਡ ਹੀ ਪਾਇਆ ਗਿਆ, ਲਗਤਾ ਹੈ ਲੈਪਰਡ ਹੀ ਹੈ ਵੋ, ਉਸਮੇ ਦਿਖ ਰਹਾ ਹੈ। ਕੀ ਨਾਮ ਹੈ ਮੇਰਾ? ਸਰਲਾ ਸੰਗਵਾਨ। 5 ਵਜੇ ਮੈਂ ਬਾਹਰ ਘੁੰਮਣੇ ਕੇ ਲਈ ਗਿਆ ਔਰ ਬਾਹਰ ਘੁੰਮਣੇ ਕੇ ਬਾਅਦ ਗਲੀ ਮੈਨੇ ਵਿੱਚ ਮੈਂ ਆਉਂਦੇ ਹੋਇਆ ਮੈਨੇ ਚਿੱਤਾ ਉਹ ਦੇਖਿਆ ਟਾਂਡਵਾ, ਔਰ ਮੇਰੇ ਦੇਖ ਕੇ ਉਹ ਨੀਚੇ ਬੈਠ ਗਿਆ। ਜਦ ਮੈਂ ਥੋੜ੍ਹਾ ਅੱਗੇ ਨਿਕਲਿਆ ਤਾਂ ਉਸਕੇ ਬਾਅਦ ਉਹ ਸਿੱਧਾ ਉਸਮੇ ਜੰਗਲ ਮੇਂ ਵੜ ਗਿਆ। ਆਪਨੇ ਕਿਆ ਕੀਆ? ਮੈਂ ਅੱਗੇ ਨਿਕਲ ਗਿਆ, ਡਰਦਾ ਮੈਂ ਹੋਰ ਕਿਆ ਕਰ ਸਕਦਾ, ਮੈਂ ਤਾਂ ਅੱਗੇ ਨਿਕਲ ਗਿਆ ਜੀ। ਬਾਜ ਗਏ ਸੋਚਣਾ ਮੈਂ ਆਣ ਗਿਆ, ਮੈਡਮ ਸਿੱਧੀ ਪ੍ਰਿੰਸੀਪਲ ਸੀ, ਪ੍ਰਿੰਸੀਪਲ ਨੇ ਫਿਰ ਉਹ ਉਸਮੇ ਕੈਮਰੇ ਮੈਨੇ ਕਿਹਾ, ਕੈਮਰੇ ਮੈਂ ਦੇਖਣੇ ਕੇ ਬਾਅਦ ਉਸਕਾ ਪਤਾ ਲੱਗਾ ਵੀ ਉਹ ਸਕੂਲ ਮੈਂ ਵੀ ਪੜਿਆ। ਤੇਂਦੂਆ ਹੀ ਥਾ? ਤੇਂਦੂਆ ਜੀ।
पता नहीं, डर गए थे आप? मैं डरना तो सचिए था जी, के बात लगा कोई मतलब पढ़ ले कोई इस बात का जनोर का पता थोड़ी लगता सर। क्या नाम है आपका? बालाराम। चौकीदार हैं? चौकीदार। हाँ, मेरे को मैडम की वजह से सरकारी स्कूल में जो प्रिंसिपल मैम है उनकी तरफ से एक कॉल आई थी भी ऐसे ऐसे हमारे, हमने सुबह जब कैमरे चेक किए हैं तो लगभग 5-5:30 बजे के बीच में फुटेज जो दिखाई दिए उसमें लेपर्ड तेंदुए जैसा जानवर दिखाई दिया। तो मेरे को सूचना मिलने पर मैं अभी मौके पर आया हूँ, वो छानबीन कर रहे हैं, देखते हैं सर्च अभियान चलाया जाएगा उसके बाद ही पुष्टि कर पा रहे। क्या शुरुआती जाँच में सर पता लगाया है? हाँ, हल्के से पग मार्ग के निशान मिले हैं और अभी मैंने अंदर कैमरे नहीं देखे हैं, कैमरे देखने के बाद। तो सर जी, तो और क्लियर कर लेते हैं अभी पग मार्ग से भाई ये जानवर किस साइड से आया, किस तरफ गया है। तो सर स्कूल खाली करवाया बच्चों से आए हुए? जानवर ऐसा है दिन में तो किसी वजह से ये भटक के आया होगा, इधर जंगल की तरफ चला गया होगा, खाली नहीं है स्कूल, तो बच्चे लगे हुए हैं। हाँ, स्कूल लगे हुआ, बच्चे हैं स्कूल। तो अब क्या किया जाएगा सर? अब एक बार तो पग मार्ग से क्लियर करेंगे भाई ये किस साइड से आया, किस साइड गया। तो फिलहाल शुरुआती जांच में तेंदुआ ही पाया गया? हाँ जी, हाँ जी। क्या नाम है सर आपका? मेरा नाम राजवीर, इंस्पेक्टर वाइल्ड लाइफ करनाल।